पता है यार इतनी जान को लिया गया होगा डॉक्टर तांसिया का कटेगा चाचू अखा की केयर करा करो तुसी पॉजिटिव बंदे हो जो खरा हो ना पानी के छिट्टे मारा करो अखर से तुसी ओ पॉजिटिव हो हाँ जी बल्कि बिल्कुल पॉजिटिव बंदे हो तुसी ਇਹ ਮੈਨੂੰ ਲੱਗਦਾ ਅੰਨੇ ਨਹੀਂ ਹੈਗੇ ਇਹ ਮੈਨੂੰ ਅੰਨਾ ਬਣਾ ਰਹੇ ਨੇ ਲੈਟ ਮੀ ਨੋ ਆਓ ਬੀਜੀ ਆ ਗਏ ਮੇਰੇ ਪੁੱਤ ਹਾਂਜੀ ਅੱਜ ਮੈਂ ਗੁਰਦੁਆਰੇ ਗਈ ਸੀ ਓਕੇ ਕਰਨੈਲ ਮਿਲੇ ਸੀ ਮੈਨੂੰ ਅੱਛਾ ਸਾਰੇ ਪੁੱਛਦੇ ਸੀ ਤੈਨੂੰ ਮੈਂ ਕਿਹਾ ਲੱਖਾਂ ਵਰਗਾ ਪੁੱਤ ਦਿੱਤਾ ਰੱਬ ਨੇ ਮੈਨੂੰ ਆ ਛੋਟਾ ਤਾਂ ਨਿਕੰਮਾ ਹੈ ਵੀ ਹਰਦਿਆਲ ਹੀਰੇ ਵਰਗਾ ਮੁੰਡਾ ਆ ਮਜਾਲ ਆ ਵੀ ਕੋਈ ਮਾਂ ਦੀ ਗੱਲ ਮੋੜ ਦੇ ਅੱਛਾ ਹੁਣ ਮੈਨੂੰ ਦੱਸੋ ਮੈਂ ਜਿਹੜੀ ਗੱਲ ਨਹੀਂ ਮੋੜਦੀ ਵੈਸੇ ਥੋੜੀ ਥੋੜੀ ਮੈਨੂੰ ਸਮਝ ਲੱਗ ਰਹੀ ਹੈ ਦੱਸੋ ਤਾਂ ਫਿਰ ਕੀ ਸਮਝ ਲੱਗੀ ਸਮਝ ਹੀ ਲੱਗੀ ਆ ਵੀ ਤੈਨੂੰ ਕੋਈ ਰਾਣੀ ਹਾਰ ਪਸੰਦ ਆ ਗਿਆ ਹੁਣ ਬੀਜੀ ਤੇਰੀ ਸਪੋਰਟ ਕਰ ਰਹੀ ਹੈ ਹੋਰ ਕੀ ਹੈ ਇਹਦੀ ਸਪੋਰਟ ਇਹਦੀ ਸਪੋਰਟ ਕਰਦੀ ਹੈ ਮੇਰੀ ਖੁੰਡੀ ਨਾ ਗੱਲ ਸੁਣ ਮੈਂ ਤੇਰੇ ਜੰਮੇ ਕਿ ਤੂੰ ਮੈਨੂੰ ਜੰਮਿਆ ਤੁਸੀਂ ਮੈਨੂੰ ਜੰਮਿਆ ਹੈ ਹਾਂ ਫਿਰ ਮੇਰੀ ਚੱਲੂਗੀ ਨਾਲੇ ਮੈਂ ਗੱਲ ਕਰਦੀ ਕਿਉਂ ਡਰਾਂ ਦੇਖੀ ਆਪਣੀ ਰੂਪ ਨੂੰ ਨਾ ਕੋਈ ਮੁੰਡਾ ਪਸੰਦ ਆ ਗਿਆ ਕੋਈ ਹੋਰ ਮੁੰਡਾ ਪਸੰਦ ਆ ਗਿਆ ਹੋਰ ਕਿਹੜਾ ਮੁੰਡਾ ਇੱਕੋ ਮੁੰਡਾ ਪਸੰਦ ਆਇਆ ਸਨੀ ਤਾਂ ਤੁਹਾਡੀ ਪਸੰਦ ਆ ਨਾ ਰੂਪ ਦੀ ਪਸੰਦ ਨਹੀਂ ਨਾ ਹੈ ਉਹ ਤਾਂ ਡੈਡੀ ਡੈਡੀ ਕਰਕੇ ਫੁੱਲ ਚੜਾਉਂਦੀ ਤੇਰੀ ਹਰ ਗੱਲ ਤੇ ਕੌਣ ਮੁੰਡਾ ਬਲਾ ਉਹਨੂੰ ਰੂਪ ਨਹੀਂ ਤਾਂ ਮੁੰਡਾ ਦੇਖ ਲਿਆ ਮੈਂ ਵੀ ਮੁੰਡੇ ਦਾ ਰੂਪ ਦੇਖਾਂ ਬੱਚੀ ਹੈ ਬੀਜੀ ਕੋਈ ਗਲਤੀ ਨਾ ਕਰ ਲਵੇ ਡੱਬੂ ਕੀ ਕਰ ਰਹੇ ਹੋ ਜਿਹੜੇ ਬੰਦੇ ਨੂੰ ਚੁੱਕਣਾ ਉਹਦੀ ਤਸਵੀਰ ਵੇਖਣ ਡਿਆ ਯਾਰ ਇਹਨੂੰ ਫੈਕਟਰੀ ਚੁੱਕਣਾ ਬੜਾ ਮੁਸ਼ਕਲ ਹੈ ਇਹਦੇ ਘਰੋਂ ਹੀ ਚੁੱਕਣਾ ਪੈਣਾ ਪਰ ਸਾਨੂੰ ਪਤਾ ਤਾਂ ਹੈ ਨਹੀਂ ਇਹਦਾ ਘਰ ਹੈ ਕਿੱਥੇ ਰੂਪ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਸ਼ਿਕਾਰੀ ਕੁੱਤੀ ਵਾਲੀ ਤਾਂ ਨਕਲ ਆਈ ਇਹਨੇ ਸਾਰਾ ਪਤਾ ਲੱਗ ਜਾਂਦਾ ਹੈ ਗੈਸ ਤੇਰੇ ਲਈ ਇੱਕ ਸਰਪ੍ਰਾਈਜ਼ ਆ ਠੀਕ ਹੈ ਸਸਤਾ ਡਾਕਟਰ ਲੱਭ ਲੈ ਮੇਰੇ ਲਈ ਮੈਂ ਦੋਨਾਂ ਲਈ ਘਰ ਦੱਸਦਾ ਬਸ ਫਿਰ ਇਹਦੇ ਘਰ ਵੀ ਦੱਸ ਦੇ ਇਹਦੀ ਲੱਤ ਬਾਹ ਟੁੱਟ ਜਾਣੀ ਹੈ ਇਹਨੂੰ ਸਾਹਮਣ ਵਾਲਾ ਤਾਂ ਹੈ ਕੋਈ ਨਹੀਂ ਉਹ ਤੂੰ ਮੈਂ ਅੰਨਾ ਬਕਵਾਸ ਨਾ ਕਰ ਯਾਰ ਅੱਛਾ ਕੀ ਕਹਿੰਦੇ ਤੇਰੇ ਘਰ ਦੇ ਤੈਨੂੰ ਮਿਲਣਾ ਚਾਹੁੰਦੇ ਆ ਠੀਕ ਹੈ ਮਿਲ ਲੈਂਦੇ ਹਾਂ ਸਾਡਾ ਹਫ਼ਤੇ ਤੱਕ ਛੋਟਾ ਜਿਹਾ ਕੰਮ ਆ ਬਸ ਹੋਰ ਵੇਲ ਲਈ ਹੱਥ ਤੱਕ ਮਿਲ ਲੈਂਦੇ ਹਾਂ ਹਫ਼ਤੇ ਤੱਕ ਨਹੀਂ ਕੱਲ ਹੀ ਮਿਲਣਾ ਪੈਣਾ ਕੱਲ ਕਿਵੇਂ ਮਿਲ ਸਕਦੇ ਯਾਰ ਆਪਾਂ ਆਪਰੇਸ਼ਨ ਤੋਂ ਬਾਅਦ ਚ ਮਿਲਾਂਗੇ ਤੇ ਫਿਰ ਵਿਆਹ ਤੋਂ ਬਾਅਦ ਹੀ ਮਿਲਣਾਗੇ ਸਨੀ ਨਾਲ ਮੇਰਾ ਮੰਗਣਾ ਨਹੀਂ ਵਿਆਹ ਹੋ ਰਿਹਾ ਜੇ ਡੈਡ ਨੂੰ ਤਾਂ ਸਨੀ ਤੋਂ ਜ਼ਿਆਦਾ ਬੈਟਰ ਲੱਗਿਆ ਤਾਂ ਠੀਕ ਆ ਨਹੀਂ ਤਾਂ ਓਕੇ ਬਾਏ ਟਾਟਾ ਫਿਨਿਸ਼ ਯਾਰ ਇਹ ਤਾਂ ਫਿਰ ਮੈਂ ਘਰ ਬੈਠਾ ਬੈਠੀ ਹਾਰ ਗਿਆ ਨਾ ਯਾਰ ਅੰਨਾ ਬੰਦਾ ਬੈਟਰ 'ਚ ਬਾਈ ਕਿਵੇਂ ਹੋ ਸਕਦਾ ਕਸਲੀ ਯਾਰ ਯਾਰ ਅਸੀਂ ਦੱਸਣਾ ਕਿਉਂ ਤੂੰ ਅੰਨਾ ਵਿਆਹ ਲੈ ਨਾ ਨਸ਼ਾ ਦਾ ਡੀਡੀ ਨੂੰ ਟੱਕਰ ਮਾਰੀ ਆਪਾਂ ਕਹਾਂਗੇ ਮੁੰਡਾ ਸਾਡਾ ਅੰਨਾ ਹੋ ਗਿਆ ਆ ਟੱਕਰ ਟੁੱਕਰ ਦਾ ਮੈਨੂੰ ਨਹੀਂ ਪਤਾ ਪਰ ਪਲਾਨ ਬਹੁਤ ਵਧੀਆ ਤੇ ਕਿਹੜੇ ਪਾਸੇ ਪਲਾਨ ਵਧੀਆ ਹੈ ਉੱਤੇ ਘਬਰਾਹਟ 'ਚ ਮੈਨੂੰ ਪਿਸ਼ਾਬ ਆ ਗਿਆ ਤੇਰੇ ਡੈਡੀ ਨੇ ਕਹਿਤਾ ਵੀ ਉੱਤੇ ਚੜ ਕੇ ਖੱਬੇ ਪੈਨੇ ਬਾਥਰੂਮ ਮੈਂ ਕੀ ਕਰੂੰਗਾ ਯਾਰ ਮੇਰੇ ਤੇ ਵਿੱਚ ਹੀ ਨਿਕਲ ਜਾਏਗਾ ਬਕਵਾਸ ਨਾ ਕਰੋ ਮੇਰੀ ਗੱਲ ਸੁਣੋ ਬੰਦਿਆਂ ਕੋਲ ਬਕਵਾਸ ਆਈਡੀਆ ਹੈ ਆਪਾਂ ਫੜੇ ਜਾਵਾਂਗੇ ਨਹੀਂ ਫੜੇ ਜਾਂਦੇ ਆਪਾਂ ਪੂਰੇ ਪਲਾਨ ਨਾਲ ਜਾਵਾਂਗੇ चार कदमियन मिरर लगा शुक्र है दसता ही मथा पड़वा लगा ਲੈਫਟ ਸਾਈਡ ਤੇ 8 ਕਦਮਾਂ ਤੇ ਕਿਚਨ ਹੈ ਯਾਰ ਕਿਚਨ 'ਚ ਮੇਰਾ ਕੀ ਕੰਮ ਉੱਤੇ ਕਿਹੜੇ ਤੇਰੇ ਘਰ ਦੇ ਨੇ ਮੇਰੇ ਤੋਂ ਪਕੌੜੇ ਕਢਾਉਣੇ ਆ ਕੋਈ ਇਹੋ ਜਿਹੀ ਥਾਂ ਦੱਸ ਜਿੱਥੇ ਉਹਨਾਂ ਨੇ ਬੈਕ ਮੇਰੇ ਨਾਲ ਗੱਲਾਂ ਕਰਨੀਆਂ ਉਹ ਫਿਰ ਰਾਈਟ ਸਾਈਡ ਆ 10 ਕਦਮ ਤੁਰ ਕੇ 1 2 3 4 5 6 7 ਆ ਗਿਆ ਅੰਦਰ ਸੋਫਾ ਕਿੱਥੇ ਅੰਦਰ ਵੜਦੇ ਲੈਫਟ ਸਾਈਡ ਤੇ ਆ ਤੇ ਮੈਂ ਥੱਕ ਗਈ ਆ ਜਾ ਮੈਂ ਬਹਿਣ ਲੱਗੀ ਸੋਫਿਆਂ ਤੇ ਤੂੰ ਵੀ ਕੋਈ ਜਗ੍ਹਾ 'ਚ ਵੇਖ ਕੇ ਬਹਿ ਜਾ ਆਲੇ ਦੁਆਲੇ
ਉੱਥੇ ਇੱਕ ਨਹੀਂ ਚਾਰ ਸੋਫੇ ਪਏ ਆ ਤੇ ਸੈਂਟਰ 'ਚ ਟੇਬਲ ਵੀ ਲੱਗਿਆ ਜਿੱਥੇ 24 ਘੰਟੇ ਚੈਸ ਪਈ ਰਹਿੰਦੀ ਹੈ। ਇੱਥੇ ਤੇਰੇ ਘਰ ਦੇ ਵਿਸ਼ਵਨਾਥ ਉਹਨਾਂ ਨੂੰ ਕੋਈ ਸੌਖੀ ਖੇਡ ਨਹੀਂ ਰੱਖ ਸਕਦੇ। ਅੰਕਲ ਜੀ ਤੁਸੀਂ ਬੁਲਾਇਆ ਸੀ? ਹਾਂ ਉਹ ਸਨੀ ਬੇਟਾ ਮੈਂ ਤੇਰੇ ਨਾਲ ਗੱਲ ਕਰਨੀ ਸੀ। ਉਹ ਹਾਂਜੀ ਦੱਸੋ। ਰੂਪ ਨੂੰ ਕੋਈ ਹੋਰ ਲੜਕਾ ਪਸੰਦ ਆ ਪਰ 15 ਦਿਨ ਨੂੰ ਤਾਂ ਸਾਡੀ ਇੰਗੇਜਮੈਂਟ ਹੈ। ਰਿਸ਼ਤੇ ਜਿੱਦ ਨਾਲ ਨਹੀਂ ਖੁਸ਼ੀਆਂ ਨਾਲ ਜੁੜਦੇ ਨੇ ਬੇਟਾ। ਆ ਤੈਨੂੰ ਪਤਾ ਮੈਂ ਉਹਦੀਆਂ ਖੁਸ਼ੀਆਂ 'ਚ ਬੋਲ ਨਹੀਂ ਸਕਦਾ। ਤੇ ਤੁਹਾਨੂੰ ਕੀ ਲੱਗਿਆ ਮੈਂ ਰੂਪ ਦੀਆਂ ਖੁਸ਼ੀਆਂ 'ਚ ਕੁਛ ਬੋਲੂੰਗਾ? ਨਹੀਂ ਨਹੀਂ ਅੰਕਲ ਜੀ, ਮੈਂ ਫਿਰ ਵੀ ਤੁਹਾਡਾ ਪੁੱਤ ਬਣ ਕੇ ਰਹਿਣਾ। ਆਈ ਐਮ ਪ੍ਰਾਊਡ ਆਫ ਯੂ। ਥੈਂਕ ਯੂ ਅੰਕਲ ਜੀ।